ਆਪਾਂ 100-100 ਬੰਦੇ ਦੂਜੇ ਸਟੇਟਾਂ ਤੋਂ ਛੱਡਾਂਗੇ ਕਿ ਬੀਜੇਪੀ ਨੂੰ ਹਾਇਆ ਜਾਏ, ਇਹ ਮਿਸ਼ਨ ਲੈ ਕੇ ਖੜਾ ਜੀ। ਇਮਾਨਦਾਰ ਬੰਦੇ ਉਹ ਅੱਗੇ ਜਾ ਕੇ ਆਪਾਂ ਪੰਜਾਬ ਦੇ ਵਿੱਚ ਸਰਕਾਰ ਬਣਾਈਏ। 2022 ਤੋਂ ਲੈ ਕੇ 2024 ਤੱਕ ਆਪਾਂ ਕੁਛ ਇਹੋ ਜਿਹਾ ਕਰਕੇ ਦਿਖਾਈਏ ਜਿਹਦੇ ਨਾਲ ਹਾਲਾਤ ਬਦਲਣ, ਜਿਹਦੇ ਨਾਲ ਦੇਸ਼ ਨੂੰ ਇਹ ਲੱਗੇ ਵੀ ਆਏ ਸਰਕਾਰ ਇਮਾਨਦਾਰ ਹੈ। ਆਪਾਂ ਲੜ ਕੇ ਝਗੜ ਕੇ ਕੁਰਬਾਨੀ ਦੇ ਕੇ ਆਪਾਂ ਮਨਵਾ ਵੀ ਲਿਆਂਗੇ ਆਪਣੀ ਗੱਲ, ਉਦਾਹਰਣ ਦੇ ਤੌਰ ਆਪਾਂ ਮਨਵਾ ਵੀ ਲਿਆਂਗੇ, ਜਿੰਨੇ ਕਾਨੂੰਨ ਵਾਪਸ ਹੋ ਵੀ ਜਾਣਗੇ, ਜਿੰਨੇ ਕਾਨੂੰਨ ਤੇ 5 June 2020 ਨੂੰ ਲਾਗੂ ਹੋਏ, ਠੀਕ ਹੈ, ਤੇ 5 June 2020 ਤੋਂ ਪਹਿਲਾਂ ਸਾਡੀ ਹਾਲਤ ਕੀ ਸੀ? ਉਸ ਟਾਈਮ ਵੀ 3-4 ਕਿਸਾਨ ਰੋਜ਼ ਪੰਜਾਬ ਦੇ ਮਰ ਰਹੇ ਨੇ ਕਰਜ਼ੇ ਦੇ ਵਿੱਚ ਪੰਜਾਬ ਵਿੱਚ, ਠੀਕ ਹੈ, ਤੇ ਪੂਰੇ ਦੇਸ਼ ਦੇ ਵਿੱਚ 30-35 ਕਿਸਾਨ ਰੋਜ਼ ਦੀ ਐਵਰੇਜ ਆ ਰਹੀ ਹੈ, ਹਰ 35 ਮਿੰਟ ਦੇ ਵਿੱਚ ਇੱਕ ਕਿਸਾਨ ਦੀ ਐਵਰੇਜ ਆ ਰਹੀ ਹੈ ਆਤਮ ਹੱਤਿਆ ਕਰਨ ਦੀ ਕਰਜ਼ੇ ਦੇ ਵਿੱਚ, ਠੀਕ ਹੈ ਬਈ। ਇਹ ਕਾਨੂੰਨ ਸਾਡੇ ਡੈਥ ਵਾਰੰਟ ਨੇ, ਹਾਂਜੀ, ਇਹਨਾਂ ਕਾਨੂੰਨਾਂ ਦੇ ਜੇ ਆਪਾਂ ਇਹ ਅੰਦੋਲਨ ਜਿੱਤ ਵੀ ਜਾਂਦੇ ਆ, ਹਾਂਜੀ ਹਾਂਜੀ, ਆਪਣੇ ਡੈਥ ਵਾਰੰਟ ਵਾਪਸ ਹੁੰਦੇ ਨੇ, ਠੀਕ, ਉਸ ਤੋਂ ਪਹਿਲਾਂ ਵੀ ਆਪਾਂ ਵੈਂਟੀਲੇਟਰ ਦੇ ਆ, ਉਸ ਤੋਂ ਪਹਿਲਾਂ ਵੀ ਜਿਹੜੀ ਸਾਡੀ ਖੇਤੀ ਜਾਂਦਾ ਕਿਸਾਨ ਹੈ ਉਹ ਵੈਂਟੀਲੇਟਰ ਤੇ ਹੈ, ਹਾਂਜੀ, ਜੇ ਵੈਂਟੀਲੇਟਰ ਤੋਂ ਉਤਾਰਨਾ ਹੈ ਫਿਰ ਪੂਰੀ ਵਿਵਸਥਾ ਬਦਲਣੀ ਪਏਗੀ, ਕਿਸਾਨਾਂ ਦੀ ਆਮਦਨ ਵਧਾਉਣ ਦੇ ਕਾਨੂੰਨ ਬਣਾਉਣੇ ਪੈਣਗੇ, ਖੇਤੀ ਨੂੰ ਲਾਹੇਵੰਦੀ ਬਣਾਉਣ ਦੇ ਕਾਨੂੰਨ ਬਣਾਉਣੇ ਪੈਣਗੇ, ਠੀਕ ਹੈ, ਤੇ ਉਹ ਕਾਨੂੰਨ ਬਣਾਉਣ ਵਾਸਤੇ ਨਾ ਤੇ ਬੀਜੇਪੀ ਰਾਜੀ ਹੈ, ਨਾ ਜਿਹੜੀ ਦੂਜੀਆਂ ਪਾਰਟੀਆਂ ਹੈ, ਨਾ ਉਹ ਰਾਜੀ ਨੇ, ਤੇ ਉਹਦਾ ਇਲਾਜ ਕੀ ਹੈ? ਉਹਦਾ ਇਲਾਜ ਹੈ ਕਿਉਂਕਿ ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਹੈ, ਅੱਜ ਤੱਕ ਖੇਤੀ ਘਾਟੇ ਚ ਜਿਹੜੀ ਪਹੁੰਚੀ ਹੈ ਇਹਦੇ ਕਾਰਨ ਇਹਦੇ ਜ਼ਿੰਮੇਵਾਰ ਸਾਡੇ ਨੀਤੀਕਾਰ ਨੇ, ਠੀਕ ਹੈ, ਇਹਦੇ ਜ਼ਿੰਮੇਵਾਰ ਸਾਡੇ ਉਹ ਲੋਕ ਨੇ ਜਿਹੜੇ ਅੱਜ ਤੱਕ ਰਾਜ ਕਰਦੇ ਰਹੇ ਨੇ, ਭਾਵੇਂ ਉਹ ਸਟੇਟਾਂ ਚ ਨੇ ਭਾਵੇਂ ਉਹ ਸੈਂਟਰ ਚ ਨੇ, ਠੀਕ ਹੈ, ਤੇ ਜੇ ਅੱਜ ਤੱਕ ਉਹਨਾਂ ਪਲਾਨ ਨੇ ਕੀਤਾ ਤੇ ਅੱਗੇ ਵੀ ਆਪਾਂ ਉਮੀਦ ਨਾ ਕਰੀਏ, ਤੇ ਆਪਾਂ ਜਿਹੜੀ ਵੋਟ ਲਟੇਰੀ ਪਾਰਟੀਆਂ ਨੇ ਆਪਾਂ ਉਹਨੂੰ ਸਾਰਿਆਂ ਨੂੰ ਕਿਨਾਰੇ ਕਰਕੇ, ਜਿਹੜੇ ਸੰਘਰਸ਼ੀ ਬੰਦੇ ਜਿਹੜੇ ਇਮਾਨਦਾਰ ਬੰਦੇ ਉਹ ਅੱਗੇ ਜਾ ਕੇ ਆਪਾਂ ਪੰਜਾਬ ਦੇ ਵਿੱਚ ਸਰਕਾਰ ਬਣਾਈਏ ਤੇ ਇੱਕ ਮੋਡਲ ਪੇਸ਼ ਕਰੀਏ, 2022 ਤੋਂ ਲੈ ਕੇ 2024 ਤੱਕ ਆਪਾਂ ਕੁਛ ਇਹੋ ਜਿਹਾ ਕਰਕੇ ਦਿਖਾਈਏ ਜਿਹਦੇ ਨਾਲ ਹਾਲਾਤ ਬਦਲਣ, ਜਿਹਦੇ ਨਾਲ ਦੇਸ਼ ਨੂੰ ਕਹਿ ਸਕੇ ਵੀ ਆਏ ਸਰਕਾਰ ਇਮਾਨਦਾਰ ਹੈ, ਇਹ ਕਾਨੂੰਨ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ। ਇਸ ਤਰ੍ਹਾਂ ਜਿਹੜੇ ਥੱਲੜੇ ਲੋਕ ਨੇ ਜਿਹੜੇ ਆਪਾਂ ਸੁਵਿਧਾ ਉਹਨਾਂ ਨੂੰ ਦਈਏ, ਲਾਜ ਦੀ ਸੁਵਿਧਾ ਦਈਏ, ਆਪਾਂ ਪੜ੍ਹਾਈ ਦੀ ਸੁਵਿਧਾ, ਹਾਂਜੀ, ਹੈਲੋ।